ਸਤਿ ਸ਼੍ਰੀ ਅਕਾਲ। ਪੰਜਾਬ ਭਾਰਤ ਅਤੇ ਕੈਨੇਡਾ ਦੀਆਂ ਇੰਗਲਿਸ਼, ਹਿੰਦੀ, ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਜ਼ ਹਿੰਦੀ .com ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਤੁਹਾਨੂੰ ਸਥਾਪਿਤ ਕਾਰੋਬਾਰ ਅਤੇ ਸਾਰੇ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਸੌਰਵ ਸ਼ਰਮਾ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਵਿੱਚ ਇਰਾਕ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਹੈ ਕਿ 3 ਸਾਲ ਪਹਿਲਾਂ 39 ਭਾਰਤੀ ਲੋਕਾਂ ਨੂੰ ਬੰਦੀ ਬਣਾਇਆ ਗਿਆ ਸੀ ਅਤੇ ਡੇਰਾ ਵਾਰੰਟ ਦੇ ਮੋਸਟ ਵਾਂਟਿਡ ਲੋਕਾਂ ਦੀ ਲਿਸਟ ਵਿੱਚ ਸਭ ਤੋਂ ਪਹਿਲਾਂ ਨਾਂ ਹਨੀਪ੍ਰੀਤ ਕੌਰ ਦਾ ਹੈ। ਭਾਰਤ ਵਿੱਚ ਕੇਂਦਰ ਨੇ ਕਿਹਾ ਹੈ ਕਿ ਕਈ ਰੋਹਿੰਗਿਆ ਸ਼ਰਨਾਰਥੀਆਂ ਦਾ ਸੰਬੰਧ ਇਸਲਾਮਿਕ ਸਟੇਟ ਅਤੇ ISI ਨਾਲ ਹੈ ਅਤੇ ਹਾਫਿਜ਼ ਸਈਦ ਦੀ ਮਿਲੀ ਮੁਸਲਿਮ ਲੀਗ ਨੇ ਪਾਕਿਸਤਾਨ ਦੇ ਆਮ ਚੁਣਾਵਾਂ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ। ਕੈਨੇਡਾ ਵਿੱਚ ਅਗਲੇ 5 ਸਾਲਾਂ ਤੱਕ ਬ੍ਰਿਟਿਸ਼ ਕੋਲੰਬੀਆ ਵਿੱਚ ਰਾਜਨੀਤਿਕ ਦਲਾਂ ਨੂੰ 1 ਸਾਲਾਨਾ ਅਲਾਉਂਸ ਮਿਲੇਗਾ ਅਤੇ ਪਾਕਸ ਕੈਨੇਡਾ ਤੋਂ ਗਏ ਲੋਕ ਅੱਜ ਤੋਂ ਵਾਟਰਸਟਨ ਲੇਕਸ ਨੈਸ਼ਨਲ ਪਾਰਕ ਟਾਊਨਸ਼ਿਪ ਵਾਪਸ ਆ ਸਕਦੇ ਹਨ। ਸਾਡੇ ਨਾਲ ਜੁੜੇ ਦੋਸਤੋ, ਅਸੀਂ ਪੰਜਾਬ ਭਾਰਤ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।